ਹੋਲੋਗ੍ਰਾਮ ਕੀ ਹੁੰਦਾ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਲੇਜ਼ਰ ਦੇ ਜ਼ਰੀਏ ਜਿਵੇਂ ਤੁਸੀਂ ਲੇਜ਼ਰ ਟੈਕਨੀਕ ਦੇ ਨਾਲ ਹੂਬ ਹੂ ਸਟੇਜ ਦੇ ਉੱਤੇ ਸਿੱਧੂ ਮੂਸੇਵਾਲਾ ਬਣਾ ਦਿੱਤਾ ਜਾਊਗਾ ਜੀ। ਉਹਦੇ ਹੱਥ ਪੈਰ ਵੀ ਹਿੱਲਣਗੇ, ਉਹਦੇ ਲਿਪ ਸਿੰਕ ਵੀ ਹੋਊਗੀ, ਦਰਸ਼ਕ ਥੱਲੇ ਬੈਠੇ ਸਾਹਮਣੇ ਆਪਦੇ ਉਸ ਮਹਿਬੂਬ ਆਰਟਿਸਟ ਨੂੰ ਗਾਉਂਦੇ ਹੋਏ ਦੇਖ ਸਕਣਗੇ। ਅਨੁਭਵ ਉਸੇ ਤਰੀਕੇ ਦਾ ਹੋਊਗਾ, ਇਹ ਮੈਂ ਕਹਿੰਦਾ ਉਸ ਤੋਂ ਵੀ ਵੱਡਾ ਅਨੁਭਵ ਹੋਊਗਾ। ਕਿਉਂ ਹੋਊਗਾ? ਇੱਕ ਤਾਂ ਇਹ ਹੈ ਕਿ ਸਿੱਧੂ ਦੇ ਜਾਣ ਤੋਂ ਬਾਅਦ ਉਹ ਰੀਲਿਵ ਹੋਊਗਾ, ਸਿੱਧੂ ਦੇ ਮਾਂ ਪਿਓ ਉੱਥੇ ਹਾਜ਼ਰ ਹੋਣਗੇ, ਇੱਕ ਇੱਕ ਸ਼ੋਅ ਚ ਮੈਨੂੰ ਲੱਗਦਾ ਲੱਖਾਂ ਦੀ ਗਿਣਤੀ ਚ ਲੋਕ ਆਉਣਗੇ। ਇਸ ਤੋਂ ਵੱਡੇ ਸ਼ੋਅਜ਼ ਨਹੀਂ ਹੋਣਗੇ ਜੋ ਉਹ ਮੈਨੂੰ ਲੱਗਦਾ ਸ਼ੋਅਜ਼ ਹੋਣਗੇ ਪੂਰੀ ਦੁਨੀਆ ਚੋਂ ਕਿਤੇ ਵੀ ਹੋਣ। ਬਿਲਕੁਲ, ਜੇ ਸਵੇਰੇ ਕਿਤੇ ਅਨਾਊਂਸ ਕਰ ਦਿੱਤਾ ਜਾਵੇ ਵੀ ਪਟਿਆਲੇ ਮੋਹਾਲੀ ਜਾਂ ਲੁਧਿਆਣੇ ਚੋਂ ਸ਼ੋਅ ਹੋਣਾ ਤਾਂ ਮੇਰੇ ਖਿਆਲ ਪੈਰ ਰੱਖਣ ਦੀ ਥਾਂ ਨਹੀਂ ਹੋਊਗੀ। ਬਿਲਕੁਲ ਸਹੀ। ਔਰ ਖਾਸ ਤੌਰ ਤੇ ਇਹ ਦੇਖਣਾ ਕਿ ਲੇਜ਼ਰ ਦੇ ਜ਼ਰੀਏ ਉਹ ਕਿਵੇਂ ਉਸ ਨੂੰ ਪ੍ਰੈਜ਼ੈਂਟ ਕਰਨਗੇ, ਉਹਦੀਆਂ ਹੱਥਾਂ ਬਾਹਾਂ ਹਿਲਦੀਆਂ, ਉਹਦੇ ਮੂਵਮੈਂਟਸ, ਉਹਦੀ ਲਿਪ ਸਿੰਕ, ਉਹ ਪੂਰੀ ਉਹਦੀ ਉਹਦਾ ਜਿਹੜਾ ਉਹਦਾ ਰੂਪ ਬਣਾਇਆ ਜਾਊਗਾ, ਉਹਨੂੰ ਦੇਖਣ ਵਾਸਤੇ ਲੋਕ ਜਿਹੜੇ ਆ, ਤੁਸੀਂ ਦੇਖੋ ਸਿੱਧੂ ਦੇ ਬੁੱਤ ਬਣੇ ਨੇ ਲੋਕ ਉਹਨਾਂ ਨੂੰ ਦੇਖਣ ਵਾਸਤੇ ਆਉਂਦੇ ਨੇ, ਤਾਂ ਫਿਰ ਬਹੁਤ ਵੱਡੀ ਗੱਲ ਹੋਊਗੀ ਕਿ ਉਹ ਮੂਵਮੈਂਟ ਕਰਦਾ। ਮੂਵਮੈਂਟ ਕਰਦਾ। ਸਰ ਬਲਕੌਰ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਕਿ ਟਪੈਕ ਦਾ ਵੀ ਇਸੇ ਤਰੀਕੇ ਦੇ ਨਾਲ ਹੋਲੋਗ੍ਰਾਮ ਜਿਹੜਾ ਬਣਿਆ ਸੀਗਾ, ਤੇ ਫਿਰ ਉਹ ਲੇਜ਼ਰ ਦੇ ਜ਼ਰੀਏ ਜਿਹੜਾ ਬਣਦਾ।